एक पासे दा पंजाब सरकार आम जनता नूं स्वच्छ वातावरण मुहैया करवाण लई वचनबद्ध है ते दूजे पासे मोटी तनखाह लैण वाले सरकारी कर्मचारी आम जनता नूं साफ सुथरा वातावरण मुहैया करवाण नूं लै के गंभीर नजर आंदे होए नहीं दिखाई दे रहे, जिस दी की उदाहरण सानूं देखण नूं मिलदी है खन्ना शहर दे विच, जिथे की नहरी विभाग दे कर्मचारियों दे वल्लों जिथे हर पासे पौधे लगाए जा रहे ने उस दे नाल नाल ही एक ऐ वी मामला सामने आया है की अधिकारियों की लापरवाही दे चलदे जिथे की किसानों दे खेतां दे विचों जो माइनर गुजर रहा उस दे विच सीवरेज दा पानी भर गया है, जबकि आज तों ही झोने दी फसल दी बिजाई दा काम भी शुरू ਹੋਣ ਲੱਗਾ ਹੈ। ਖੇਤਾਂ ਦੇ ਵਿੱਚ ਗੰਦਾ ਪਾਣੀ ਭਰ ਗਿਆ ਹੈ ਤੇ ਕਿਸਾਨ ਇਸ ਤੋਂ ਕਾਫੀ ਪਰੇਸ਼ਾਨ ਨੇ। ਉਹਨਾਂ ਨੇ ਇਸ ਨੂੰ ਲੈ ਕੇ ਮਿਊਂਸੀਪਲ ਕਾਰਪੋਰੇਸ਼ਨ ਤੇ ਇਰੀਗੇਸ਼ਨ ਵਿਭਾਗ ਨੂੰ ਵੀ ਕਈ ਵਾਰ ਸੂਚਿਤ ਕੀਤਾ ਹੈ, ਪਰ ਮਾਮਲੇ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ। ਮਾਮਲਾ ਹੈ ਜਿਹੜਾ ਨਗਰ ਕੌਂਸਲ ਖੰਨਾ ਦੀ ਨਿਕਾਸੀ, ਉਸ ਮੌਕੇ ਦੀ ਸਰਕਾਰ ਨੇ 8-9 ਕਰੋੜ ਰੁਪਈਆ ਲਾ ਕੇ ਕੀਤੀ ਸੀ। ਇਹ ਪਹਿਲਾਂ ਖੱਡੜੇ 200-250 ਕਿੱਲੇ ਦਾ ਨੁਕਸਾਨ ਕਰਦਾ ਸੀ, ਲੇਕਿਨ ਇਹ ਬਣਾਇਆ ਗਿਆ ਜਾਂਦਾ ਹੈ ਸੈਫਲ ਜਰਗੜੀ ਤੱਕ, ਰਾਜੇ ਵਾਲੇ ਕੋਲ ਆਹ ਪਿੰਡਾਂ ਦੇ ਵਿੱਚੋਂ ਦੀ ਗੁਜ਼ਰਦਾ। ਇਹਨੂੰ ਪਾਈਪਾਂ ਪਾਉਣ ਆਏ ਸੀ ਹਰਿਆਣੇ ਦੇ ਠੇਕੇਦਾਰ ਸੀ, ਰਾਤ ਬਰਾਤੇ ਕੰਮ ਕਰਦੇ ਸੀ, ਸਾਰੇ ਸੂਏ ਦੇ ਮੋਗੇ ਪੱਟ ਗਏ ਉਹ ਅਤੇ ਨਾਲੇ ਸਾਰਾ ਇਹਨੂੰ ਪੱਟ ਕੇ ਕੰਮ ਵਿਚਾਲੇ ਰਹਿ ਗਿਆ, ਕਿਉਂਕਿ ਝੋਨੇ ਦਾ ਸੀਜ਼ਨ ਆ, 13 ਤਰੀਕ ਤੋਂ ਚੱਲਣਾ ਪੈਡੀ ਸੀਜ਼ਨ। ਇਹ ਨਾਲਾ ਓਵਰਫਲੋ ਪੈਂਦਾ, ਸਾਰੇ ਖੇਤਾਂ 'ਚ ਫਿਰਦਾ ਹੈ, ਇਹ ਨਹੀਂ ਪੈਣਾ ਚਾਹੀਦਾ। ਅਸੀਂ ਤਾਂ ਕਹਿੰਦੇ ਸਹੀ ਤਰੀਕੇ ਨਾਲ ਚੱਲੇ, ਨਹੀਂ ਚੱਲੂਗਾ ਨਗਰ ਕੌਂਸਲ ਖੰਨਾ ਦੇ ਲੋਕ ਫਿਰ ਹਾਹਾਕਾਰ ਕਰਨਗੇ, ਸਾਰਾ ਸ਼ਹਿਰ ਭਰ ਜੂਗਾ ਗੰਦੇ ਪਾਣੀ ਨਾਲ। ਇਹ ਚੱਲਣਾ ਚਾਹੀਦਾ, ਨਗਰ ਕੌਂਸਲ ਖੰਨਾ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ, ਕਿਤੇ ਇਹ ਨਾ ਹੋਵੇ ਜੇ ਕਿਹੜੇ ਖੇਤਾਂ 'ਚ ਫਿਰਦਾ ਰਿਹਾ ਲੋਕਾਂ ਨੂੰ ਇਹ ਬੰਦ ਕਰਨਾ ਪਵੇ। ਖੰਨੇ ਸ਼ਹਿਰ ਦਾ ਪਾਣੀ ਦੁਆਰਾ ਖੰਨੇ 'ਚ ਹੀ ਫਿਰੇ, ਨਿਕਾਸੀ ਸਹੀ ਹੋਣੀ ਚਾਹੀਦੀ ਹੈ ਤਾਂ ਕਿ ਲੋਕਾਂ ਦੇ ਗਾਹਕ ਕੰਮ ਆ ਸਕੇ। ਜੀ ਸਾਹਿਬ, ਕੀ ਮਾਮਲਾ ਜਿਹੜਾ ਇੱਥੇ ਕਿਸਾਨਾਂ ਨੇ ਅੱਜ ਨਾਅਰੇਬਾਜ਼ੀ ਵੀ ਕੀਤੀ ਹੈ ਅਤੇ ਇਹਨਾਂ ਦੇ ਜਿਹੜੇ ਪੈਪ ਨੇ ਸੂਏ ਵਾਲੇ ਲੱਗਦੇ ਸੀਗੇ ਤੋੜੇ ਦਿੱਤੇ ਗਏ ਨੇ, ਕੀ ਕਾਰਵਾਈ ਕਰੀ ਜਾਵੇਗੀ ਉਹਨਾਂ ਦੇ? ਇਹਨਾਂ ਤੇ ਤਾਂ ਅਸੀਂ ਜੀ ਇਹਨਾਂ ਨੂੰ ਕਿਹਾ ਸੀ ਵੀ ਇਹਨਾਂ ਨੂੰ ਠੀਕ ਕਰਕੇ ਦਿਓ, ਨਹੀਂ ਤਾਂ ਤੁਹਾਡੇ ਵਿਰੁੱਧ FIR ਦਰਜ ਕੀਤੀ ਜਾਵੇਗੀ। ਇਹ ਇਹਨਾਂ ਨੇ ਕਿਹਾ ਵੀ ਜੋ ਨੁਕਸਾਨ ਹੋਇਆ ਸੀ ਤੁਹਾਡਾ ਵੀ, ਇਰੀਗੇਸ਼ਨ ਦਾ ਵੀ ਅਤੇ ਜੋ ਪਾਈਪ ਵਗੈਰਾ ਟੁੱਟੇ ਨੇ ਅਸੀਂ ਸਾਰੇ ਨਵੇਂ ਪਾ ਕੇ ਦੇਵਾਂਗੇ। ਕਿੰਨੇ ਕੁ ਪਾਈਪ ਨੇ ਜਿਹੜੇ ਇਹਨਾਂ ਨੇ ਤੋੜੇ ਗਏ ਨੇ ਇਹਨਾਂ ਵੱਲੋਂ? ਮੇਰੇ ਖਿਆਲ ਇੱਕ ਤਾਂ ਮੋਗੇ ਦਾ ਪਾਈਪ ਆਈ ਹੈ ਪੱਟੀ 'ਚ ਪਿਆ ਜਿਹੜਾ, ਅਤੇ ਦੋ ਵੈਲ ਵਾਟਰ ਕਰਾਸਿੰਗ ਹੈ। ਅਤੇ ਕਦੋਂ ਤੱਕ ਇਹਨਾਂ 'ਤੇ ਕਾਰਵਾਈ ਹੋਊਗੀ? ਕਾਰਵਾਈ ਤਾਂ ਹੁਣ ਜੇ ਨਹੀਂ ਕਰਨਗੇ ਜੀ ਅਸੀਂ, ਇਹਨਾਂ 'ਤੇ ਕਾਰਵਾਈ ਹੋਏਗੀ ਜੀ ਫਿਰ। ਹੁਣ ਅੱਜ ਵੀ 2-3 ਵਾਰੀ ਗੱਲ ਹੋਈ ਮੇਰੀ, ਕਈ ਦਿਨ ਪਹਿਲਾਂ ਵੀ ਗੱਲ ਹੋਈ ਹੈ, ਉਹ ਕਹਿੰਦੇ ਜੀ ਕਰਾ ਦਿੰਦੇ ਹਾਂ ਅਸੀਂ ਠੀਕ। ਜਿਹੜੇ ਇਹ ਪਾਈਪ ਤੋੜੇ ਗਏ ਨੇ ਕਿਹਨਾਂ ਵੱਲੋਂ ਤੋੜੇ ਗਏ ਨੇ? ਇਹ ਸੀਵਰੇਜ ਬੋਰਡ ਵਾਲਿਆਂ ਵੱਲੋਂ ਜੀ, ਇਹ ਜਿਹੜੇ ਕੰਮ ਕਰਾ ਰਹੇ ਨਾ ਠੇਕੇਦਾਰ ਦੇ ਥਰੂ ਆਪਣਾ, ਨਾਲ ਨਾਲ ਜਿਹੜੀ ਜਾਂਦੀ ਹੈ ਲਾਈਨ ਸੀਵਰੇਜ। ਜਿਹੜਾ ਸੀਵਰ ਦਾ ਪਹਿਲਾਂ ਓਪਨ ਨਾਲਾ ਸੀਗਾ, ਉਹ ਅੰਮ੍ਰਿਤ ਪ੍ਰੋਜੈਕਟ ਜਿਹੜਾ ਚੱਲ ਰਿਹਾ ਵਾਟਰ ਸਪਲਾਈ ਸੀਵਰੇਜ ਦਾ, ਉਹਦੇ ਤਹਿਤ ਉਹਨੂੰ ਕਵਰ ਕਰਨਾ ਪਾਈਪਾਂ। ਅੱਛਾ ਜੀ, ਅਤੇ ਸੀਵਰੇਜ ਬੋਰਡ ਨੂੰ ਫਿਰ ਵੀ ਲੋੜੀਂਦੀ ਹਦਾਇਤ ਕਰ ਦਾਂਗੇ ਕਿ ਤਾਂ ਕਿ ਉਹਨਾਂ ਦੇ ਅਧਿਕਾਰੀਆਂ ਨੂੰ, ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਦੱਸ ਦਾਂਗੇ ਕਿ ਉਹ ਕੰਮ ਇਸ ਤਰੀਕੇ ਨਾਲ ਕਰਨ ਤਾਂ ਜੋ ਪਬਲਿਕ ਨੂੰ ਯਾਰ ਜ਼ਿਮੀਂਦਾਰਾਂ ਨੂੰ ਕੋਈ ਪਰੇਸ਼ਾਨੀ ਨਾ। ਦੂਜਾ ਜੀ, ਇਹ ਕਹਿੰਦੇ ਸੂਏ ਸਾਰੇ ਭਰਤੇ ਮਿੱਟੀ ਦੇ ਨਾਲ, ਔਰ ਨਰਾਇਣਗੜ੍ਹ ਮੈਨੂੰ ਵੀ ਭਰਤਾ ਜੀ, ਹੁਣ ਮਤਲਬ ਪੈਡੀ ਦਾ ਸੀਜ਼ਨ ਆ ਗਿਆ, ਉਹ ਕਿਸਾਨਾਂ ਨੂੰ ਬੜਾ ਔਖਾ ਹੋਊਗਾ ਜੀ। ਸੀਵਰੇਜ ਬੋਰਡ ਨਾਲ ਕੱਲ੍ਹ ਨੂੰ ਵੀ ਮੀਟਿੰਗ ਰੱਖੀ ਹੈ, ਉਹਨਾਂ ਦੇ ਅਧਿਕਾਰੀ ਵੀ ਆਉਣਗੇ, ਉਹਨਾਂ ਦੇ ਧਿਆਨ 'ਚ ਇਹ ਗੱਲ ਲਿਆਵਾਂਗੇ ਤਾਂ ਕਿ ਪਬਲਿਕ ਨੂੰ ਜਾਂ ਜ਼ਿਮੀਂਦਾਰਾਂ ਨੂੰ ਕੋਈ ਪਰੇਸ਼ਾਨੀ। ਜਿਵੇਂ ਜੀ ਉਹਨਾਂ ਨੇ ਕਿਹਾ ਕਿ ਵੀ ਜੇ ਨਾ ਹੱਲ ਕੀਤਾ ਤਾਂ ਅਸੀਂ ਖੰਨੇ ਸ਼ਹਿਰ ਦਾ ਜਿਹੜਾ ਪਾਣੀ ਆਉਂਦਾ ਵਾ ਅਸੀਂ ਬੰਦ ਕਰ ਦਾਂਗੇ? ਨਹੀਂ, ਉਹ ਹੱਲ ਕਰਾਂਗੇ ਜੀ, ਕਿਉਂ ਨਹੀਂ ਕਰਾਂਗੇ, ਉਹਨਾਂ ਨੂੰ ਜ਼ਿਮੀਂਦਾਰਾਂ ਨੂੰ ਪਰੇਸ਼ਾਨੀ ਨਹੀਂ ਆਉਣ ਦਿੱਤੀ। ਖੰਨਾ ਤੋਂ ਸੰਜੇ ਸੈਣੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ ਐਨ ਆਰ ਆਈ।